ਸੜਕ ਤੇ ਪੈਦਲ ਜਾ ਰਹੇ ਇੱਕ ਬੰਦੇ ਨੂੰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਤਸਵੀਰ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਸ਼ਖਸ ਸੜਕ ਦੇ ਅੱਧ ਵਿਚਕਾਰ ਜਾ ਰਿਹਾ ਸੀ, ਪਰ ਪਿੱਛੋਂ ਆ ਰਹੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ, ਜਿਸ ਤੋਂ ਬਾਅਦ ਇਹ ਹੇਠਾਂ ਡਿੱਗ ਪਿਆ। ਬੇਸੁੱਧ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਲਿਜਾਇਆ ਗਿਆ ਹੈ। ਪੈਦਲ ਜਾ ਰਹੇ ਬੰਦੇ ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰੀ ਹੈ। ਕੀ ਬੇਧਿਆਨੀ ਦੇ ਵਿੱਚ ਕਾਰ ਨੇ ਟੱਕਰ ਮਾਰੀ ਹੈ? ਕਿ ਇਹ ਸ਼ਖਸ ਕਾਰ ਵਾਲੇ ਨੂੰ ਦੇਖਿਆ ਨਹੀਂ, ਡਰਾਈਵਰ ਨੂੰ ਦੇਖਿਆ ਨਹੀਂ? ਹਾਲਾਂਕਿ ਗਲਤੀ ਇਸ ਦੀ ਵੀ ਨਜ਼ਰ ਆ ਰਹੀ ਹੈ। ਇਹ ਵੀ ਸੜਕ ਦੇ ਐਨ ਵਿਚਕਾਰ ਚੱਲਦਾ ਨਜ਼ਰ ਆ ਰਿਹਾ, ਪਰ ਪਿੱਛੋਂ ਕਾਰ ਆ ਰਹੀ ਸੀ, ਉਸ ਨੇ ਬ੍ਰੇਕ ਮਾਰਨ ਦੀ ਬਜਾਏ ਇਸ ਦੇ ਵਿੱਚ ਟੱਕਰ ਮਾਰ ਦਿੱਤੀ। ਕਾਰ ਦੇ ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ। ਸੜਕ ਤੇ ਬੇਸੁੱਧ ਹੋ ਕੇ ਇਹ ਸ਼ਖਸ ਡਿੱਗ ਪਿਆ। ਸੜਕ ਦੇ ਵਿਚਕਾਰ ਚੱਲਦਾ ਆ ਰਿਹਾ ਸੀ। ਹਾਲਾਂਕਿ ਤੁਹਾਡੇ ਮੁਤਾਬਕ ਕਿਸ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ? ਕੀ ਜਾਣ ਬੁੱਝ ਕੇ ਬੰਦੇ ਨੂੰ ਟੱਕਰ ਮਾਰੀ ਗਈ ਹੈ, ਜਾਂ ਫਿਰ ਡਰਾਈਵਰ ਨੂੰ ਪਤਾ ਨਹੀਂ ਲੱਗਿਆ? ਇਹ ਵੀਡੀਓ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਇਲਾਕੇ ਦੀ ਹੈ, ਜਿੱਥੇ ਗੱਡੀ ਵਾਲੇ ਨੇ ਇੱਕ ਸ਼ਖਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਲੇ ਗੱਡੀ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੜਕ ਤੇ ਪੈਦਲ ਜਾ ਰਹੇ ਇੱਕ ਬੰਦੇ ਨੂੰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਤਸਵੀਰ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਸ਼ਖਸ ਸੜਕ ਦੇ ਅੱਧ ਵਿਚਕਾਰ ਜਾ ਰਿਹਾ ਸੀ, ਪਰ ਪਿੱਛੋਂ ਆ ਰਹੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ, ਜਿਸ ਤੋਂ ਬਾਅਦ ਇਹ ਹੇਠਾਂ ਡਿੱਗ ਪਿਆ। ਬੇਸੁੱਧ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਲਿਜਾਇਆ ਗਿਆ ਹੈ। ਪੈਦਲ ਜਾ ਰਹੇ ਬੰਦੇ ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰੀ ਹੈ। ਕੀ ਬੇਧਿਆਨੀ ਦੇ ਵਿੱਚ ਕਾਰ ਨੇ ਟੱਕਰ ਮਾਰੀ ਹੈ? ਕਿ ਇਹ ਸ਼ਖਸ ਕਾਰ ਵਾਲੇ ਨੂੰ ਦੇਖਿਆ ਨਹੀਂ, ਡਰਾਈਵਰ ਨੂੰ ਦੇਖਿਆ ਨਹੀਂ? ਹਾਲਾਂਕਿ ਗਲਤੀ ਇਸ ਦੀ ਵੀ ਨਜ਼ਰ ਆ ਰਹੀ ਹੈ। ਇਹ ਵੀ ਸੜਕ ਦੇ ਐਨ ਵਿਚਕਾਰ ਚੱਲਦਾ ਨਜ਼ਰ ਆ ਰਿਹਾ, ਪਰ ਪਿੱਛੋਂ ਕਾਰ ਆ ਰਹੀ ਸੀ, ਉਸ ਨੇ ਬ੍ਰੇਕ ਮਾਰਨ ਦੀ ਬਜਾਏ ਇਸ ਦੇ ਵਿੱਚ ਟੱਕਰ ਮਾਰ ਦਿੱਤੀ। ਕਾਰ ਦੇ ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ। ਸੜਕ ਤੇ ਬੇਸੁੱਧ ਹੋ ਕੇ ਇਹ ਸ਼ਖਸ ਡਿੱਗ ਪਿਆ। ਸੜਕ ਦੇ ਵਿਚਕਾਰ ਚੱਲਦਾ ਆ ਰਿਹਾ ਸੀ। ਹਾਲਾਂਕਿ ਤੁਹਾਡੇ ਮੁਤਾਬਕ ਕਿਸ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ? ਕੀ ਜਾਣ ਬੁੱਝ ਕੇ ਬੰਦੇ ਨੂੰ ਟੱਕਰ ਮਾਰੀ ਗਈ ਹੈ, ਜਾਂ ਫਿਰ ਡਰਾਈਵਰ ਨੂੰ ਪਤਾ ਨਹੀਂ ਲੱਗਿਆ? ਇਹ ਵੀਡੀਓ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਇਲਾਕੇ ਦੀ ਹੈ, ਜਿੱਥੇ ਗੱਡੀ ਵਾਲੇ ਨੇ ਇੱਕ ਸ਼ਖਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਲੇ ਗੱਡੀ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੜਕ ਤੇ ਪੈਦਲ ਜਾ ਰਹੇ ਇੱਕ ਬੰਦੇ ਨੂੰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਤਸਵੀਰ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਸ਼ਖਸ ਸੜਕ ਦੇ ਅੱਧ ਵਿਚਕਾਰ ਜਾ ਰਿਹਾ ਸੀ, ਪਰ ਪਿੱਛੋਂ ਆ ਰਹੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ, ਜਿਸ ਤੋਂ ਬਾਅਦ ਇਹ ਹੇਠਾਂ ਡਿੱਗ ਪਿਆ। ਬੇਸੁੱਧ ਹਾਲਤ ਦੇ ਵਿੱਚ ਉਸਨੂੰ ਹਸਪੀਟਲ ਲਿਜਾਇਆ ਗਿਆ ਹੈ। ਪੈਦਲ ਜਾ ਰਹੇ ਬੰਦੇ ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰੀ ਹੈ। ਕੀ ਬੇਧਿਆਨੀ ਦੇ ਵਿੱਚ ਕਾਰ ਨੇ ਟੱਕਰ ਮਾਰੀ ਹੈ? ਕੀ ਇਹ ਸ਼ਖਸ ਕਾਰ ਵਾਲੇ ਨੂੰ ਦੇਖਿਆ ਨਹੀਂ, ਡਰਾਈਵਰ ਨੂੰ ਦੇਖਿਆ ਨਹੀਂ? ਹਾਲਾਂਕਿ ਗਲਤੀ ਇਸ ਦੀ ਵੀ ਨਜ਼ਰ ਆ ਰਹੀ ਹੈ। ਇਹ ਵੀ ਸੜਕ ਦੇ ਐਨ ਵਿਚਕਾਰ ਚੱਲਦਾ ਨਜ਼ਰ ਆ ਰਿਹਾ, ਪਰ ਪਿੱਛੋਂ ਕਾਰ ਆ ਰਹੀ ਸੀ, ਉਸ ਨੇ ਬ੍ਰੇਕ ਮਾਰਨ ਦੀ ਬਜਾਏ ਇਸ ਦੇ ਵਿੱਚ ਟੱਕਰ ਮਾਰ ਦਿੱਤੀ। ਕਾਰ ਦੇ ਬੋਨਟ ਤੇ ਕਾਫੀ ਦੂਰ ਤੱਕ ਘੜੀਸਿਆ। ਸੜਕ ਤੇ ਬੇਸੁੱਧ ਹੋ ਕੇ ਇਹ ਸ਼ਖਸ ਡਿੱਗ ਪਿਆ। ਸੜਕ ਦੇ ਵਿਚਕਾਰ ਚੱਲਦਾ ਆ ਰਿਹਾ ਸੀ। ਹਾਲਾਂਕਿ ਤੁਹਾਡੇ ਮੁਤਾਬਕ ਕਿਸ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ? ਕੀ ਜਾਣ ਬੁੱਝ ਕੇ ਬੰਦੇ ਨੂੰ ਟੱਕਰ ਮਾਰੀ ਗਈ ਹੈ, ਜਾਂ ਫਿਰ ਡਰਾਈਵਰ ਨੂੰ ਪਤਾ ਨਹੀਂ ਲੱਗਿਆ? ਇਹ ਵੀਡੀਓ ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਇਲਾਕੇ ਦੀ ਹੈ, ਜਿੱਥੇ ਗੱਡੀ ਵਾਲੇ ਨੇ ਇੱਕ ਸ਼ਖਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਹਾਲੇ ਗੱਡੀ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਗੰਭੀਰ ਜ਼ਖਮੀ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।